ਬੱਸ ਆਉਂਦੀ ਸੀਗੀ ਖਰਾਗੜ ਸਾਹਿਬ ਨੂੰ ਜਾ ਰਹੀ ਸੀ, ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਰੁਕੀ ਨਹੀਂ ਹੈ। ਫਿਰ ਯਕਦਮ ਆ ਕੇ ਤਰਾਈ ਦੇ ਵਿੱਚ ਗੜੀ ਮਾਨਸਾ ਘਾਟੀ ਦੇ ਵਿੱਚ ਪਲਟ ਗਈ। ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬੱਸ ਪਲਟ ਗਈ, ਅਤੇ ਅਸੀਂ ਜਦੇ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜ਼ਖਮੀਆਂ ਨੂੰ ਚੱਕਿਆ ਅਤੇ ਐਂਬੂਲੈਂਸ ਵਿੱਚ ਹੋਸਪਿਟਲ ਪਹੁੰਚਾਇਆ। ਇਸ ਲਈ ਮੇਰਾ ਨਾਮ ਮਨਜੀਤ ਕੌਰ ਹੈ ਸਰ। ਹਾਦਸਾ, ਅਸੀਂ ਖਰਾਦਗੜ ਨੂੰ ਜਾਂਦੇ ਪਏ ਸੀ, ਰਾਜਾ ਸਾਹਿਬ ਤੋਂ ਆਏ ਸੀ ਅਸੀਂ। ਪਿੰਡ ਸਾਡਾ ਰਸੂਲਪੁਰ ਜੰਡੀ ਆ, ਅਸੀਂ ਉੱਥੇ ਨੂੰ ਰਾਜਾ ਸਾਹਿਬ ਤੋਂ ਆਏ ਸੀ, ਖਰਾਦਗੜ ਚੱਲੇ ਸੀ ਮੱਥਾ ਟੇਕਣ। ਮੁੰਡਾ ਸਾਡਾ ਆਇਆ ਸੀਗਾ ਬਾਹਰੋਂ, ਉਹਨੇ ਕੋਈ ਸੁੱਖ ਸੁੱਖੀ ਹੋਣੀ ਆ। ਇੱਕ ਸਾਡਾ ਮੁੰਡਾ ਵਿਆਹਿਆ ਸੀ, ਜੇਠ ਦਾ ਮੁੰਡਾ, ਉਹ ਜੇਠ ਦਾ ਮੁੰਡਾ ਛੋਟਾ ਲੈ ਕੇ ਚੱਲਾ ਸੀ ਮੱਥਾ ਟਿਕਾਉਣ। ਬਸ ਜਾਂਦਿਆਂ ਦਾ ਹੀ ਐਕਸੀਡੈਂਟ ਹੋ ਗਿਆ, ਉੱਥੇ ਬੱਸ ਕੋਲ ਹੀ ਮੁੜ ਗਈ, ਬੱਸ ਉੱਥੋਂ ਸੰਭਲੀ ਨਹੀਂ ਗਈ, ਉਹਨੇ ਵਿੱਚ ਸੜਤੀ ਖਾਈ ਨਹੀਂ, ਕਿਸੇ 'ਚ ਨਹੀਂ ਵੱਜੀ, ਉੱਦਾਂ ਹੀ ਉੱਥੋਂ ਸੰਭਲੀ ਨਹੀਂ ਗਈ। ਇਹ ਅੱਜ ਇੱਕ ਗੜੀ ਮਾਨਸੋਵਾਲ ਦੇ ਪੁਲ ਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ ਨੀਚੇ ਉਤਰਦਾ ਹੈਗਾ, ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੇ ਦੇ ਇਲਾਕੇ ਦੀ ਸੀ, ਮੋਗੇ ਜਿਹੜੇ ਤੋਂ ਆਈ ਸੀਗੀ, ਅਤੇ ਇਹ ਬੱਸ ਜਿਹੜੀ ਆ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਹੈ ਮਤਲਬ ਪਲਟਣ ਕਰਕੇ ਸੰਗਤ ਦੇ ਸੱਟਾਂ ਲੱਗੀਆਂ ਨੇ, ਚਲੋ ਵੈਸੇ ਕੋਈ ਸੀਰੀਅਸ ਨਹੀਂ ਹੈ। ਅਤੇ ਬਾਕੀ ਅਸੀਂ ਮੌਕੇ 'ਤੇ ਆ ਕੇ, ਕਿਉਂਕਿ ਬੀਨੇਵਾਲ ਦਾ ਪਿੰਡ ਹੈਗਾ, ਚੰਗੀਕਰ ਸਾਹਿਬ ਮੇਰੇ ਨਾਲ ਨੇ, ਅਤੇ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਵੱਖ ਵੱਖ ਹੋਸਪਿਟਲਾਂ ਦੇ ਵਿੱਚ ਐਡਮਿਟ ਕਰਵਾ ਦਿੱਤਾ। ਅਤੇ ਬਾਕੀ ਮੌਕੇ 'ਤੇ ਆ ਕੇ ਸਾਰਾ ਦੇਖ ਰਿਹਾ, ਜੋ ਵੀ ਹੈਲਪ ਦੀ ਲੋੜ ਹੈਗੀ ਹੈ ਅਤੇ ਲੋਕਲ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜੀ ਹੈ ਉਹ ਸਾਰਿਆਂ ਦੇ ਘਰਾਂ ਦੇ ਵਿੱਚ ਵੀ ਇੰਟੀਮੇਸ਼ਨ ਜਿਹੜੀ ਹੈ ਦਿੱਤੀ ਜਾ ਰਹੀ ਹੈ। ਹਾਂਜੀ, ਸੰਗਤ ਦਰਸ਼ਨਾਂ ਵਾਸਤੇ ਅੱਜ ਐਤਵਾਰ ਮਤਲਬ ਜਿਹੜਾ ਆਉਂਦੀ ਹੈ ਇੱਥੇ ਦਰਸ਼ਨ ਵਾਸਤੇ ਆ ਰਹੀ ਸੀਗੀ, ਅਤੇ ਉਹ ਤਾਂ ਬੜੀ ਮਤਲਬ ਬਹੁਤ ਬਚਾਅ ਹੋਇਆ ਜੀ, ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ। ਅਤੇ ਚਲੋ ਸੱਟਾਂ ਜ਼ਰੂਰ ਲੱਗੀਆਂ ਨੇ, ਉਹਨਾਂ ਨੂੰ ਹੋਸਪਿਟਲਾਈਜ਼ ਅਸੀਂ ਕਰਵਾਤਾ। ਕਿਹੜੇ ਹੋਸਪਿਟਲ ਭੇਜਿਆ ਜੀ? ਇਹ ਅਲੱਗ ਅਲੱਗ ਹੋਸਪਿਟਲ ਦੀ ਐਂਬੂਲੈਂਸਾਂ ਜਿਹੜੀਆਂ ਮੰਗਾ ਕੇ ਉਹ ਇੱਥੋਂ ਭੇਜ ਦਿੱਤੀਆਂ ਜੀ, ਉਹ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਂਦੇ ਜੀ ਉਹਨਾਂ ਦਾ ਕਿਹੜੇ ਕਿਹੜੇ ਹੋਸਪਿਟਲ 'ਚ ਹੈਗੇ। ਠੀਕ ਹੈ ਸਰ।